ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਦੇ ਕਾਗਜ਼ ਬੇਸ਼ੱਕ ਭਰੇ ਜਾ ਚੁੱਕੇ ਨੇ, ਪਰ ਹੁਣ ਰੱਦ ਹੋਣ ਨੂੰ ਲੈ ਕੇ ਵੀ ਕਈ ਧਿਰਾਂ ਆਹਮੋ ਸਾਹਮਣੇ ਹੁੰਦੀਆਂ ਦਿਖਾਈ ਦਿੰਦੀਆਂ ਨੇ। ਤਾਜ਼ਾ ਮਾਮਲਾ ਦੁਰੰਗਲਾਂ ਦਾ ਸਾਹਮਣੇ ਆਇਆ, ਜਿੱਥੇ ਕਿ BDPO ਦਫ਼ਤਰ ਦੇ ਵਿੱਚ ਧਰਨਾ ਦਿੱਤਾ ਗਿਆ। 7 ਕਿਸਾਨ ਜਥੇਬੰਦੀਆਂ ਨੇ ਦੋਸ਼ ਲਗਾਏ ਨੇ ਕਿ ਰੰਜਿਸ਼ ਤਹਿਤ ਕਾਗਜ਼ ਰੱਦ ਕੀਤੇ ਗਏ ਨੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬਲਾਕ ਦਫ਼ਤਰ 'ਚ ਨਾਮਜ਼ਦਗੀਆਂ ਦੌਰਾਨ ਭ੍ਰਿਸ਼ਟਾਚਾਰੀ ਦਾ ਬੋਲਬਾਲਾ ਹੈ, ਜਿਸ ਨੂੰ ਲੈ ਕੇ ਕਾਗਜ਼ ਰੱਦ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਇਹਨਾਂ ਕਾਗਜ਼ਾਂ ਨੂੰ ਦੁਬਾਰਾ ਤੋਂ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ। ਉੱਥੇ ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਅਦਾਲਤ ਦਾ ਰੁੱਖ ਕਰਨਗੇ। ਹਾਂਜੀ, ਕੀ ਮਸਲਾ ਜੀ ਅੱਜ ਦਾ? ਮਸਲਾ ਜੀ ਇਹ ਜਿਹੜੀ ਇਲੈਕਸ਼ਨ ਕਰਾ ਰਹੀ ਹੈ ਸਰਕਾਰ, ਮਸਲਾ ਇਹ ਬੜਾ ਗੰਭੀਰ ਹੈ ਵੀ ਪਹਿਲੇ ਦਿਨ ਵੀ ਵੋਟਰ ਸੂਚੀਆਂ ਦੇਣਾ 500-500 ਰੁਪਈਆ ਲਿਆ ਫੋਟੋ ਸਟੇਟ ਕਰਵਾਉਣ ਦਾ ਜੀ, ਦੂਜੇ ਦਿਨ ਜਿਹੜੀ ਚੁੱਲ੍ਹਾ ਟੈਕਸ ਵੀ ਤੁਸੀਂ ਉਹਦੇ ਵੀ ਪੈਸੇ ਲਏ ਆ, ਜਿਹੜੀ ਉੱਥੇ ਫੈਲ ਜਮ੍ਹਾਂ ਹੁੰਦੀ ਆ ਉਹਦੇ 30 ਰੁਪਈਆ ਅਤੇ 100-100 ਰੁਪਈਆ ਹਰ ਪੈਲ ਦਾ ਰਹੇ ਆ ਅਤੇ ਕਮਾਈ ਕਰਦੇ ਆ, ਅਤੇ ਜਿਹੜੀਆਂ ਪਿੰਡਾਂ 'ਚ ਇਹਨਾਂ ਦੀਆਂ ਫੈਲਾਂ ਰਿਜੈਕਟ ਕਰਾਈਆਂ ਨੇ, ਉਹ ਸਾਡੇ ਪਿੰਡ ਜੀਵਨ ਚੱਕ ਸੰਗਾਰਾ ਸਿੰਘ ਸਰਪੰਚ ਦੀ ਫੈਲ ਸੀ, ਉਹਦੀਆਂ 7 ਚੁੱਲ੍ਹਾ ਟੈਕਸ ਦੀਆਂ ਸੀਟਾਂ ਪੰਨਾ ਨੰਬਰ 17 ਲੱਗੇ ਦਾ ਸੀ, ਉਹ ਵਿੱਚੋਂ ਕੱਢਿਆ ਗਿਆ, ਅਤੇ ਆਮ ਪਾਰਟੀ ਦਾ ਬਲਾਕ ਪ੍ਰਧਾਨ ਸੀ ਉਹਨੂੰ ਉਹਦੀ ਹਾਰ ਸੀ ਮੌਕੇ 'ਤੇ, ਚੰਗੀ ਤਕੜੀ ਹਾਰ ਸੀ, ਉਸੇ ਕਰਕੇ ਉਹ ਮੈਦਾਨ 'ਚੋਂ ਪਹੁੰਚ ਕਰਕੇ ਕਲਸੀ ਤੱਕ ਜਾਂ ਸ਼ਮਸ਼ੇਰ ਤੱਕ ਅਤੇ BDPO ਦਫ਼ਤਰ ਉਹਨਾਂ ਦੇ ਪਰਸਨਲ ਨੌਕਰੀ ਕਰਦੇ ਆ, ਉਹਦੇ ਕਰਕੇ ਉਹ ਸਾਡੇ ਭਤੀਜੇ ਦੀਆਂ ਫੈਲਾਂ ਕੈਂਸਲ ਕੀਤੀਆਂ ਉਹਦੇ ਸੰਬੰਧ 'ਚ। ਕਿਹੜੀਆਂ ਜਥੇਬੰਦੀਆਂ ਵੱਲੋਂ ਜਿਹੜੀ ਅੱਜ ਧਰਨਾ ਦਿੱਤਾ ਗਿਆ, ਕੀ ਮੰਗ ਕੀ ਹੈ? ਅੱਜ ਇਸ ਬਲਾਕ ਦੇ ਵਿੱਚ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਘੱਟੋ ਘੱਟ 7-8 ਜਥੇਬੰਦੀਆਂ ਨੇ, ਇਹਨਾਂ ਵੱਲੋਂ ਸਰਕਾਰ ਦੇ ਇਸ ਧੱਕੇ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ, ਔਰ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਦੇ ਕਹਿੰਦੇ ਕਿ ਅਸੀਂ ਪਾਰਦਰਸ਼ੀ ਜਿਹੜਾ ਪ੍ਰਬੰਧ ਲਿਆਵਾਂਗੇ, ਬਦਲਾਅ ਲਿਆਵਾਂਗੇ, ਲੋਕਾਂ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਵਾਲੀਆਂ ਜਿਹੜੀਆਂ ਨੀਤੀਆਂ ਨੇ ਅਤੇ ਜਿਹੜਾ ਅਮਲਾ ਉਹ ਦੁਹਰਾਇਆ ਨਹੀਂ ਜਾਏਗਾ, ਪਰ ਇੱਥੇ ਬਿਲਕੁਲ ਉਹਨਾਂ ਵਾਂਗ ਹੀ ਸਾਰਾ ਕੁਛ ਕੀਤਾ ਗਿਆ, ਔਰ ਲੋਕਾਂ ਦਾ ਜਿਹੜਾ ਚੋਣ ਲੜਨ ਦਾ ਅਧਿਕਾਰ ਆ ਜਿਹੜਾ ਉਹ ਵੀ ਇਹਨਾਂ ਨੇ ਖੋਲਿਆ, ਔਰ ਪੈਸੇ ਦੇ ਬਲ ਬੂਤੇ ਜਿਹੜਾ ਨੇ ਸਾਰਾ ਕੁਛ ਕੀਤਾ ਜਾ ਰਿਹਾ। ਇਹ ਜਿਵੇਂ ਮੋਦੀ ਸਰਕਾਰ ਚਾਹੁੰਦੀ ਹੈ ਵੀ ਵਿਰੋਧੀਆਂ ਦੀ ਆਵਾਜ਼ ਬੰਦ ਕਰਨੀ ਹੈ, ਇਹਨਾਂ ਨੇ ਆਪਣੇ ਵਿਰੋਧੀਆਂ ਦਾ ਮੁਕਾਬਲਾ ਕਰਨ ਦੀ ਬਜਾਏ ਉਹਨਾਂ ਨੇ ਕਾਗਜ਼ ਰੱਦ ਕਰਕੇ ਅਤੇ ਸਾਹਮਣਾ ਕਰਨ ਦਾ ਜਿਹੜਾ ਭੱਜ ਰਹੇ ਆ, ਇਹਦੇ ਖਿਲਾਫ ਆਪਾਂ ਜਿਹੜਾ ਲੜਦਾ। ਕੀ ਅਗਲਾ ਕੀ ਫੈਸਲਾ ਤੁਹਾਡਾ? ਅਗਲਾ ਅਸੀਂ ਪ੍ਰਸ਼ਾਸਨ ਨਾਲ ਕੀਤੀ ਸੀ ਗੱਲ ਵੀ ਜੇ ਕਿਸਾਨ ਰੱਦ ਕੀਤੇ ਨੇ, ਸਿਆਸੀ ਦਬਾਅ ਥੱਲੇ ਕੀਤੇ ਨੇ, ਤਾਂ ਘੱਟੋ ਘੱਟ ਇਹਨਾਂ ਲੋਕਾਂ ਨੂੰ ਕਾਰਨ ਤਾਂ ਦੱਸ ਦੇਣੇ ਚਾਹੀਦੇ ਨੇ ਵੀ ਕਿਉਂ ਰੱਦ ਕੀਤੇ ਆ, ਕੋਈ ਕਾਗਜ਼ਾਂ 'ਚ ਗਲਤੀ ਹੈ ਜਾਂ ਕੋਈ ਹੋਰ ਵਜ੍ਹਾ ਵਾ, ਅਤੇ ਜਦੋਂ ਕੁਛ ਵੀ ਨਹੀਂ ਦੱਸਣਗੇ ਸਾਫ਼ ਜੀ ਗੱਲ ਆ ਫਿਰ ਕਿ ਰਾਜਨੀਤਿਕ ਦਬਾਅ ਕਰਕੇ ਜਿਹੜਾ ਆਪਣੇ ਵਿਰੋਧੀ ਨੂੰ ਪਾਸੇ ਕੀਤਾ ਗਿਆ ਵਾ। ਕੋਈ ਅਧਿਕਾਰੀ ਆਇਆ ਜੀ ਅੱਜ ਤੱਕ ਤੁਹਾਨੂੰ? ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ, ਔਰ ਅਸੀਂ ਮੰਗ ਵੀ ਕੀਤੀ ਵੀ ਘੱਟੋ ਘੱਟ SDM ਆਵੇ, ਕਿਉਂਕਿ BDO ਦਾ ਕਰਨ ਵਾਲਾ ਵਾ ਇਹ ਸਾਰੀਆਂ ਕਾਰਵਾਈਆਂ, SDM ਆਵੇ, ਪਰ ਪ੍ਰਸ਼ਾਸਨ ਵੀ ਜਿਹੜਾ ਉਹਦੇ ਕਹਿ ਦੇ ਵਿੱਚ ਆ ਭਗਵੰਤ ਮਾਨ ਦੇ, ਉਹ ਸਾਰੇ ਜਿਹੜੇ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਧੱਕੇ ਦੇ ਖਿਲਾਫ, ਸਿਆਸੀ ਦਬਾਅ ਤਹਿਤ ਜਿਹੜਾ ਆਪਣੀ ਜ਼ਮੀਰ ਮਾਰ ਕੇ ਲੋਕ ਜਿਹੜਾ ਇਹ ਸਾਰੇ ਕੰਮ ਕੀਤੇ ਨੇ ਜਿਹਨਾਂ ਦਾ ਅਸੀਂ ਵਿਰੋਧ ਕੀਤਾ ਔਰ ਕਰਦੇ ਰਹਾਂ। ਜੇ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਆਉਂਦਾ ਤਾਂ ਅਗਲਾ ਸਟੈਂਡ ਕੀ ਹੋਏਗਾ? ਅਗਲਾ ਅਸੀਂ ਮੀਟਿੰਗ ਕਰਕੇ ਫੈਸਲਾ ਕਰਾਂਗੇ। ਕੀ ਮਸਲਾ ਅੱਜ ਦਾ ਜੀ? ਦੇਖੋ ਭਾਅ ਜੀ, ਮੇਰਾ ਨਾਮ ਸ਼ਿੰਗਾਰਾ ਸਿੰਘ, ਪਿੰਡ ਜੀਵਨ ਚੱਕ, ਜੋ ਕਿ ਅਸੀਂ ਫਾਈਲਾਂ ਦਰਜ ਕਰਵਾਈਆਂ ਸੀ ਉੱਥੇ, ਉਹਨਾਂ ਦੇ ਸਾਰੇ ਡਾਕੂਮੈਂਟ ਅਸੀਂ ਕੋਲ ਰੱਖੇ ਆ, ਇੱਕ PDF ਬਣਾ ਕੇ ਉਹਦੇ ਵਿੱਚੋਂ ਜੋ ਕਿ 17 ਨੰਬਰ ਪੰਨਾ ਆ ਚੁੱਲ੍ਹਾ ਟੈਕਸ ਦੀ ਰਸੀਦ ਆ ਉਹ ਇਹਨਾਂ ਨੇ ਕੱਢੀ ਦੀਆਂ ਵਾ, ਜੋ ਕਿ 3-3 ਲੱਗਣੇ ਸੀ 5-5 ਚੁੱਲ੍ਹਾ ਟੈਕਸ ਦੀਆਂ ਰਸੀਦਾਂ ਲਾਈ ਦੀਆਂ ਵਾ, ਇਹਨਾਂ ਨੇ ਉਹਦੇ ਵਿੱਚੋਂ ਉਹ ਪੰਨੇ ਕੱਢ ਦਿੱਤੇ ਦੇ ਆ। ਅਸੀਂ ਇਹਨਾਂ ਤੋਂ ਇਨਸਾਫ਼ ਮੰਗਦੇ ਹਾਂ ਵੀ ਸਾਨੂੰ ਇਨਸਾਫ਼ ਦਿੱਤਾ ਜਾਏ, BDO ਨੇ ਇਹ ਕੰਮ ਨਾਲ ਹੋ ਕੇ ਕਰਾਇਆ, ਪੋਲੀਟੀਕਲ ਦਬਾਅ ਦੇ ਨਾਲ ਇਹ ਕੰਮ ਹੋਇਆ ਜੀ। ਇਹੋ ਜਿਹੇ ਅਧਿਕਾਰੀ ਧਿਆਨ 'ਚ ਲਿਆਉਂਦੇ ਆ ਮਸਲਾ ਇਹ? ਹਾਂਜੀ ਜੀ, DC ਨੂੰ ਵੀ ਅਸੀਂ ਮਿਲੇ ਸੀ, ਉਹਨਾਂ ਨੇ ਵੀ ਕਿਹਾ ਸੀ, SHO ਨੂੰ ਵੀ ਉਦਨ ਕਿਹਾ ਸੀ ਵੀ ਆਪਾਂ ਤੁਹਾਡਾ ਕੁਝ ਨਾ ਕੁਝ ਹੱਲ ਕਰਵਾਵਾਂਗੇ, SDM ਨੂੰ ਵੀ ਮਿਲੇ ਸੀ। ਕੀ ਕੋਈ ਵਿਸ਼ਵਾਸ ਤੋਂ ਆਇਆ ਹੋਣਾ?
ਉਹ ਕਹਿੰਦੇ ਵੀ ਤੁਹਾਡਾ ਕੋਈ ਨਾ ਕੋਈ ਅਸੀਂ ਕਰਵਾਉਂਦੇ ਹਾਂ ਹੱਲ, ਤੁਹਾਡੀ ਇਨਕੁਆਇਰੀ ਕਰਾਵਾਂਗੇ, ਚਾਹੇ ਤੁਹਾਡੇ ਡਾਕੂਮੈਂਟ ਚੈੱਕ ਕਰਵਾਉਂਦੇ ਹਾਂ ਇੱਕ ਵਾਰੀ ਫਿਰ। ਜੇ ਮਸਲਾ ਨਹੀਂ ਹੱਲ ਹੁੰਦਾ ਤਾਂ ਕੀ ਅਗਲਾ ਐਕਸ਼ਨ ਕੀ ਹੋਏਗਾ? ਫਿਰ ਅਸੀਂ ਕੋਰਟ 'ਚ ਰਿੱਟ ਪਾਵਾਂਗੇ ਇਹਨਾਂ ਦੇ ਖਿਲਾਫ ਅਤੇ ਸਾਰਾ ਪ੍ਰਸ਼ਾਸਨ ਵਿੱਚ ਰੱਖਾਂਗੇ, ਜਿੰਨੇ ਅਫਸਰ ਆ ਬੀ ਡੀ ਓ ਇਹਨੂੰ ਵੀ ਵਿੱਚੇ ਠੋਕਾਂਗੇ।